ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਗਲਾ ਖਰਾਬ ਹੋ ਗਿਆ ਥੋੜ੍ਹਾ ਜਿਹਾ। ਇਹ ਖੜੀ ਆਪਣੀ ਸਕਾਰਪੀਓ ਰਾਣੀ, ਇਹਦੇ ਨਾ ਆਹ ਲੋਗੋ ਆਪਾਂ ਸਮੋਕ ਕਰਾਏ ਹੈਗੇ, ਚਾਚਾ ਕਰਾ ਕੇ ਲਿਆਇਆ ਬੇਸਿਕਲੀ, ਅਤੇ ਮੈਂ ਤਾਂ ਅੱਜ ਨੋਟਿਸ ਕੀਤੇ ਆ। ਦੇਖੋ ਆਹ ਕਰਾਇਆ ਇੱਕ ਆਪਾਂ ਸਮੋਕ, ਅਤੇ ਇੱਕ ਆਪਾਂ ਆਹ ਵਾਲਾ ਲੋਗੋ ਸਮੋਕ ਕਰਾਇਆ, ਅਤੇ ਇੱਕ ਥੱਲੇ ਵਾਲੀਆਂ ਲਾਈਟਾਂ ਕਰਾਈਆਂ। ਹਜੇ ਆਹ ਕਰਾਉਣੀਆਂ ਨੇ, ਇਹ ਆਪਾਂ ਨਾ ਇੱਥੇ ਤੱਕ ਬਲੈਕ ਕਰ ਦੇਣੀ ਆ, ਬਾਕੀ ਸਮੋਕ ਕਰ ਦਾਂਗੇ, ਐਂ ਕਰਨਾ ਗਾ ਆਪਾਂ। ਅਤੇ ਬਾਕੀ ਆਹ ਵੀ ਬਲੈਕ ਕਰਨੇ ਆ, ਇਹ ਦੇਖਾਂਗੇ ਕਿਵੇਂ ਬਲੈਕ ਹੋਣਗੇ, ਖੋਲ੍ਹ ਕੇ ਪੇਂਟ ਕਰ ਦਾਂਗੇ ਇਹਨਾਂ 'ਤੇ। ਓਹੋ, ਚਾਬੀ ਮੈਂ ਦੀ ਲਿਆਈ ਨਹੀਂ ਚੱਕ ਕੇ। ਗੱਡੀ ਇੱਧਰ ਕਰਾਂ ਮੈਂ, ਚੋਬਰ ਕੱਢਣਾ ਆਪਾਂ, ਚੋਬਰ ਸੀਆਂ। ਆਏ ਹਾਏ ਮਿੱਠੀ ਏ ਹਾਂ ਸੀ। ਅਤੇ ਇਹਦੇ ਆਪਾਂ ਨਾ ਅੱਜ ਪਹਿਲਾਂ ਇਹਨੂੰ ਵਾਸ਼ ਕਰਾ ਕੇ ਲਿਆਉਣਾ ਮੈਂ, ਫਿਰ ਉੱਤੇ ਆਪਾਂ ਬਾਹਰ ਲੜਾਉਣੀਆਂ, ਥੱਲੇ ਛੋਟੀਆਂ ਲਾਈਟਾਂ ਲਾਵਾਂਗੇ, ਕਿਉਂਕਿ ਬਾਹਰ ਲਾਈਟ ਉਹ ਹਿੱਸਾ ਜਿਹਾ ਢੱਕ ਲਓ ਜਿਹੜਾ ਬੁਰਾ ਲੱਗਦਾ ਗਾ, ਨਹੀਂ ਫਿਰ ਦੇਖਾਂਗੇ ਉੱਥੇ ਪੱਤੀਆਂ ਲਵਾਵਾਂ, ਇਹ ਬਾਹਰ ਲਾਈਟ ਤਾਂ ਹੀ ਸੋਹਣੀ ਲੱਗੂਗੀ। ਵੈਸੇ ਆਪਣੇ ਕੋਲ ਬਾਹਰ ਲਾਈਟ ਪਈ ਆ, ਅਤੇ ਆਹ ਵੀ ਖੋਲ੍ਹਣਾ ਗਾ, ਅਤੇ ਸ਼ੋਅ ਦੀ ਸੈਟਿੰਗ ਕਰਾਉਣੀ ਹੈ ਤਾਂ ਇਹਦੀ ਸਰਵਿਸ ਕਰਾਉਣੀ ਹੈ, ਸਰਵਿਸ ਕਰਾ ਦਾਂਗੇ ਇੱਕ ਦੋ ਦਿਨਾਂ 'ਚ, ਅਤੇ ਸ਼ੋਅ ਦੀ ਸੈਟਿੰਗ ਵੀ ਕਰਾਉਣੀ ਹੈ। ਚਲੋ ਸ਼ਟਰ ਚੱਕੀਏ। ਗੱਡੀ ਮੈਂ ਇੱਧਰ ਕਰਤੀ ਪਰੇ ਕਰਤੀ, ਅਤੇ ਹੁਣ ਸ਼ਟਰ ਚੁਕਾਉਣ ਵਾਲਾ ਕੋਈ ਬੰਦਾ ਲਾਓ ਤਾਂ ਫੇਰ ਆਊਗਾ ਚੋਪਰ ਬਾਰੇ। ਚਾਚਾ ਤਾਂ ਉੱਠਿਆ ਹੀ ਨਹੀਂ, ਅੱਜ ਤਾਂ ਠੂੰਗਾ ਮਾਰਨੀਆਂ ਪੈਣਾ। ਚੋਪਰ ਬਾਹਰੇ ਤਾਂ ਨਿਕਲਿਆ ਪਰ ਬਾਹਲਾ ਔਖਾ ਨਿਕਲਿਆ, ਬਾਹਲਾ ਧੱਕਾ ਕਰਨਾ ਪੈਂਦਾ। ਉਹ ਦੇਖੋ ਇਧਰਲੇ ਪਾਸੇ ਟੁੱਟ ਹੀ ਗਿਆ, ਨਾਲ ਉਹ ਸਪਿੰਟ ਹੀ ਲੈ ਗਿਆ, ਕਿਉਂਕਿ ਇੰਨੀ ਵਾਰ ਅੰਦਰ ਕਰਦੇ ਹਾਂ ਬਾਹਰ ਕਰਦੇ ਹਾਂ, ਟਰੈਕਟਰ ਕੱਢਦੇ ਹਾਂ। ਹੁਣ ਕਿਵੇਂ ਆ ਪੀਪ, ਠੀਕ ਆ? ਹੈਂ ਠੀਕ ਆ, ਚਲੋ ਖੋਲ੍ਹਦੇ ਚਾਚਾ ਗੇਟ, ਧਵਾ ਲਿਆ ਮੈਨੂੰ ਧਵਾ ਕੇ, ਫਿਰ ਮੂਹਰੇ ਹਿੱਸੇ 'ਤੇ ਪੇਂਟ ਮਾਰਦੇ ਹਾਂ, ਫਿਰ ਕਰਦੇ ਹਾਂ ਅਗਲਾ ਪ੍ਰੋਸੀਜਰ, ਦੇਖਦੇ ਕੀ ਕਰਨਾ। ਸੱਚ ਜਿਹੜੇ ਆਪਾਂ ਰਾਤ ਟਾਇਰ ਚੱਕ ਕੇ ਲਿਆਏ ਉਹ ਵੀ ਲਿਆਉਣੇ ਆ, ਹਜੇ ਉਹ ਵੀ ਚੱਕ ਕੇ ਲਿਆਉਣੇ ਪੈਣੇ ਆ, ਫੋੜਦੇ ਪਾਈਏ ਰਵਿੰਦਰ ਆਏ ਟਾਇਰ ਫੋੜਦੇ ਪਾ ਕੇ ਦੇਖਣੇ ਆ ਰਵਿੰਦਰ ਗਰੇਵਾਲ ਦੇ, ਅਤੇ ਦੇਖਣੇ ਕੀ ਲੁੱਕ ਆਉਂਦੀ ਆ, ਫਿਰ ਆਹ ਟਾਇਰ ਪਾ ਕੇ ਦੇਖਾਂਗੇ ਫੋੜਦੇ, ਜਿਹੜੇ ਵੱਧ ਸੋਹਣੇ ਲੱਗਣਗੇ ਉਹ ਰੱਖ ਲਾਂਗੇ। ਪਰੇ ਹੋ ਜਾ ਪਰੇ ਥੱਲੇ ਨਾ ਜੀ, ਪਹੁੰਚ ਗਿਆ ਮੈਂ ਗੁਰਮੁਖ ਕੋਲੇ, ਹੁਣ ਗੱਡੀ ਧੋਣ ਲੱਗਿਆ ਹੋਇਆ। ਤੋਦੇ ਬਾਈ ਸਾਡਾ ਵੀ ਟਰੈਕਟਰ ਧੋ ਦਿੰਦੇ ਆ, ਠੀਕ ਆ ਤੁਹਾਡੇ ਰੇਹੜੀ ਜੀ, ਅਤੇ ਉਹ ਕਿੱਥੇ ਆ ਮੋਟਰਸਾਈਕਲ? ਗੁਰਮੁਖ ਮੈਨੂੰ ਘਰੇ ਛੱਡ ਗਿਆ, ਅਤੇ ਹੁਣ ਮੈਂ ਇੱਥੋਂ ਫੋੜ ਲੈ ਕੇ ਚੱਲੇ ਹਾਂ, ਅਤੇ ਫੋੜ ਮਗਰ ਟਾਇਰ ਰੱਖ ਕੇ ਲਿਆਉਂਦੇ ਆਪਾਂ, ਉਹਨਾਂ ਚਿਰ 'ਚੋਂ ਜਾਊਂਗੇ ਉਹ ਧੋ ਦੂਗਾ, ਗੱਡੀ ਪਰੇ ਕਰ ਦਾਂਗਾ, ਕਦੇ ਗੱਡੀ ਇੱਧਰ ਕਦੇ ਉੱਧਰ। ਚਲੋ ਹੁਣ ਫੋੜ ਨੂੰ ਸਟਾਰਟ ਕਰਕੇ ਲੈ ਕੇ ਚੱਲੀਏ, ਅਤੇ ਟਾਇਰ ਪਾਈਏ ਮਿੱਤਰ, ਉਹ ਟਾਇਰ ਲਿਆਉਂਦੇ ਨਾ ਮੈਂ ਟਾਇਰ ਲੱਗ ਲਾ ਦੀਏ ਫੋੜ ਸਿਆਂ, ਆਇਆ ਤੇਰੀ ਮਾਰੀਏ ਸੈਲਫ ਲਾ ਦੀਏ ਤੇਰੇ ਤੋਂ ਪੱਲੀ, ਇੱਟਾਂ ਇੰਨੀਆਂ ਲੱਗੀਆਂ ਹੋਈਆਂ, ਗੇਟ ਤਾਂ ਕੱਢ ਦਿੰਦੇ ਫਿਰ, ਚੱਕ ਫੋੜ ਸਿਆਂ ਸੈਲਫ ਮਾਰੀਏ। ਲਓ ਜੀ ਆ ਗਿਆ ਬਾਹਰੇ, ਚਲੋ ਲੈ ਕੇ ਚੱਲੀਏ ਟਾਇਰ, ਟਰਾਲੀ ਪਾਉਣ ਦੀ ਲੋੜ ਪਊ ਜਾਂ ਹੀ ਰੱਖ ਲਿਆਈਏ, ਲਿੰਕਾਂ ਤਾਂ ਹੀ ਰੱਖ ਲੈਣਾ ਮੈਂ ਕਹਿੰਦਾ, ਦੇਖਦੇ ਹਾਂ ਕਰਦੇ ਹਾਂ ਸਲਾਹ, ਪੱਟਰ ਛੋਟੀ ਟਰਾਲੀ ਵੀ ਆਪਣੀ ਇੱਥੇ ਨਹੀਂ ਹੋਣੀ। ਫੋੜ ਨੂੰ ਚਲਾਉਣ 'ਚ ਯਾਰ ਵਾਲਾ ਸਵਾਹ ਹੁੰਦਾ, ਇਹ ਚੋਬਰ ਨੂੰ ਚਲਾਉਣ 'ਚ ਥੋੜ੍ਹਾ ਔਖਾ ਲੱਗਦਾ, ਇਹਨੂੰ ਵੱਡਾ ਵਾਲਾ ਹੋ ਗਿਆ ਹੁਣ, ਅਤੇ ਇਹਨੂੰ ਚਲਾਉਣ 'ਚ ਬੜਾ ਸਵਾਦ ਆਉਂਦਾ। ਭਈਆ ਇੰਨੇ ਤੁਸੀਂ ਜਗਾੜ ਕਾਹਤੇ ਲਾਉਂਦੇ ਹੋ, ਜੇ ਟਾਇਰ ਰਾਹ 'ਚ ਰਹਿ ਗਏ ਸਾਡੇ ਸਾਡੀ ਜ਼ਿੰਮੇਵਾਰੀ ਨਹੀਂ। ਚੱਲ ਚੱਲੋ, ਨਿੱਕੀ ਜਿਹੀ ਟਰਾਲੀ ਆ ਵਿਚਾਰੀ, ਆਹ ਟਾਇਰ ਕਿਹੋ ਜਿਹੇ ਲਾ ਦੇ ਆ, ਵਧੀਆ ਲਾ ਦੇ ਆਪਾਂ ਉਹ ਪਾ ਲੈਂਦੇ, ਉਹ ਲਿਆਉਣੇ ਆ ਚੱਕ ਕੇ, ਦੇਖੀ ਐਂ ਹੋ ਜਾਣਾ ਫੋੜਨੇ ਮੂਹਰੋਂ,
ਚੜ੍ਹਤੀ ਰੇੜੀ ਤੱਕ ਮਾਤੀ ਉਹ ਪਿਆ ਟਾਇਰ, ਚਲੋ ਮੋੜੀ ਇਹਨੂੰ, ਟਰਾਂਸਪੋਰਟ ਤੇ ਆਇਆ ਨਾ। ਚਲੋ ਚਲੋ ਮੋੜੀਏ, ਵੀਰੇ ਧਰ ਲਓ ਟਾਇਰ, ਲਿਆ ਰੋੜ ਕੇ। ਵੀਰੇ ਤੁਸੀਂ ਆਹ ਟਾਇਰ ਲੈਣਾ ਹੈ ਵੀਰੇ, ਇਹ ਚੱਕੇ ਕਿਵੇਂ ਜਾਣਗੇ ਵੀਰੇ? ਪਾਲਣ ਚਾੜਤੇ ਟਾਇਰ ਬਾਈ ਜੀ, ਖੰਡਾ ਨਾ ਦਿਓ, ਹੌਲੀ ਚਲਾਇਓ, ਖਿੰਡ ਨਾ ਜਾਣ, ਇਹਦੇ ਪਾਉਣੇ ਆਪਾਂ ਇਹ ਪੈ ਜਾਣਗੇ। ਬੈਟਰੀ ਬਾਕਸ ਨੂੰ ਦੇਖਾਂਗੇ, ਪਾ ਕੇ ਦੇਖਾਂਗੇ। ਹੋਰ ਕੀ ਆ, ਬੈਟਰੀ ਬਾਕਸ ਹੋਰ ਭਰਾ ਆਓ ਜੀ, ਆਹੋ ਥੱਲੇ ਕਰ ਦਾਂਗੇ ਹੌਲੀ ਹੌਲੀ, ਟਰਾਲੀ ਨਾ ਪਲਟ ਜਾਵੇ। ਟਾਇਰ ਤਾਂ ਪਹੁੰਚ ਗਏ ਰਵਿੰਦਰ ਸਿਆਂ, ਤੇ ਨਾਲੇ ਟਾਇਰ ਪਾ ਕੇ ਦੇਖਣੇ ਅੱਜ ਅਸੀਂ। ਚਲੋ ਟਰਾਲੀ ਕੱਢਦਾ ਮੈਂ, ਕਿਵੇਂ ਆ? ਇੱਕ ਟਾਇਰ ਤਾਂ ਅਸੀਂ ਕੱਸ ਲਿਆ, ਦੂਜਾ ਕੱਸਣਾ ਹੁਣ। ਉਹ ਲਾਉਂਦੇ ਸੀਗੇ ਯਾਰ ਉਤਲਾ ਟਾਇਰ, ਹੈ ਨਾ, ਉਹ ਉੱਚਾ ਟਾਇਰ ਉੱਚੇ ਵਾਲੇ ਆ, ਤਾਂ ਕਰਕੇ ਆਹ ਲਾਉਂਦੇ ਸੀਗੇ ਆਪਾਂ, ਕੀ ਹੁੰਦਾ ਫਨ ਆ ਇਹ ਲਾ ਕੇ, ਫਿਰ ਉਤਲਾ ਟਾਇਰ ਹਵਾ 'ਚ ਹੋ ਜੂ ਫਿਰ, ਅਤੇ ਉਸ ਹਿਸਾਬ ਨਾਲ ਚੈੱਕ ਲਾ ਲਾਂਗੇ ਆਪਾਂ, ਕੋਈ ਜੈੱਕ ਇੰਨਾ ਚੱਕਿਆ ਨਹੀਂ ਜਾਂਦਾ ਜਿੰਨਾ ਇਹ ਟਾਇਰ ਉੱਚਾ। ਇੱਕ ਟਾਇਰ ਤਾਂ ਔਖਾ ਸੌਖਾ ਪਾ ਲਿਆ ਸੀ ਜੈੱਕ। ਲਓ ਜੀ ਫਨ ਲਾਉਣ ਨਾ ਹੋਇਆ ਕੀ ਆ, ਜੈੱਕ ਕੋਈ ਨਹੀਂ ਲਾਇਆ, ਪਰ ਆਪਾਂ ਟਾਇਰ ਹਵਾ 'ਚ ਕਰਤਾ। ਇੱਧਰ ਆਹ ਲਾਤੇ ਅਸੀਂ ਗੁੱਟ ਕੇ, ਬਾਹਲੀ ਮਜ਼ਬੂਤ ਨਹੀਂ ਹੈਗੇ ਆਪਾਂ, ਬਸ ਜੈੱਕ ਲਾਈ ਇੱਧਰ ਪਾਸੇ। ਜੈੱਕ ਯਾਰ ਇੰਨਾ ਉੱਚਾ ਲੱਗ ਜੂ ਚਾਚਾ, ਮਤਲਬ ਟਾਇਰ ਐਂ ਆਜੂ ਆਪਣਾ, ਆਜੂਗਾ ਆ ਹੀ ਜਾਊ, ਐਂ ਪਾ ਦਿੰਦੇ ਆਪਾਂ। ਦੇਖੀ ਲਓ ਵੀ ਲਾ ਕੇ ਮਾੜਾ ਜਿਹਾ ਹੱਬ ਜਮਾ, ਆਜੂ ਜਮਾ ਉੱਤੇ, ਬਸ ਠੀਕ ਆ। ਚੱਲ ਆਹ ਖੋਲੀਏ ਫਿਰ, ਪਹਿਲਾਂ ਨੱਟ ਲੈ ਕਰ ਲੈਣੇ ਸੀ ਆਪਾਂ, ਚੱਲ ਕੋਈ ਨਾ ਹੁਣ ਹੋ ਜਾਣਗੇ, ਗੁਟਕਾ ਲਾ ਕੇ ਦੇਖ ਲੈਣੇ, ਕਰ ਲੈਂਦੇ ਹਾਂ, ਕਾਹਲੀ ਵਾਲੀ ਆ ਸਾਨੂੰ। ਲਓ ਜੀ, ਅਤੇ ਜਿਹੜਾ ਆਪਾਂ ਇੱਧਰ ਹੋਗ ਲਾਇਆ ਗਾ, ਆਪਾਂ ਨਾ ਲਾਇਆ ਉਹਦੇ ਕਰਕੇ ਆਹ ਹਵਾ 'ਚ ਹੋ ਗਿਆ ਟਰੈਕਟਰ ਹੁਣ, ਨਾਲੇ ਇੱਧਰਲਾ ਹਿੱਸਾ ਵੀ ਉੱਚਾ ਗਾ ਹਜੇ, ਅਤੇ ਟਾਇਰ ਪਾਉਂਦੇ ਹਾਂ ਹੁਣ ਆਪਾਂ, ਅਤੇ ਟਾਇਰ ਆਪਣਾ ਪੈ ਜਾਣਾ ਆਰਾਮ। ਲਓ ਜੀ ਦੇਖੋ ਕਿਵੇਂ ਲਾਦਾ ਬੋਰਡ ਆਪਣਾ, ਘੈਂਟ ਲਾਦਾ, ਮੈਂ ਤਾਂ ਸੋਹਣਾ ਲੱਗਿਆ ਯਾਰ, ਟਾਇਰ ਸੋਹਣੇ ਲੱਗਦੇ ਆ, ਅਮਰ ਉੱਚਾ ਵੱਧ ਹੋ ਗਿਆ, ਵਧੀਆ ਉੱਚਾ ਹੀ ਚਾਹੀਦਾ। ਹਾਂ ਵੀ ਕਿਵੇਂ ਲਾਦਾ ਹੁਣ ਟਰੈਕਟਰ? ਓਕੇ ਰਿਪੋਰਟ ਆ, ਠੀਕ ਆ, ਅਤੇ ਟਰਾਲੀ ਪਾ ਲਈ ਗੁਰਮੁਖ ਦੀ, ਉਹਦੇ ਘਰ ਕੱਢਣੀ ਆ, ਅਤੇ ਆਪਾਂ ਨਾ ਅਟੈਡ ਕਰਾਉਣੇ ਆ। ਚੱਲ ਹੁਣ ਅੰਦਰ ਲਾਉਣ ਲੱਗਿਆ ਜੇ, ਹੁਣ ਧੋਣ ਲੱਗਿਆ ਮੇਰੇ ਹਿਸਾਬ ਨਾਲ, ਕੜਾ ਇਹਦੀ ਟਰਾਲੀ ਕੱਢੀ ਹੈ, ਨਵੀਂ ਓਕ ਲਵਾਈ ਆ ਬਾਈ ਨੇ, ਅਸੀਂ ਲੈ ਗਏ ਹੱਥ ਮੈਂ ਪੁੱਟਾ ਬਹਿ ਕੇ, ਅਤੇ ਆਪਾਂ ਲਿਆਏ ਬੋਰਡ ਇੱਥੇ, ਆਪਣਾ ਜੌਂਡੀਅਰ ਅੰਦਰ ਲੱਗ ਗਿਆ, ਤਵਾਰੀਏ। ਉਹ ਪਾਣੀ ਨਾ ਮਾਰਦੀ ਭਰਾਵਾ ਡੈੱਕ ਤੇ, ਝੋਟਾ ਇਹ ਆ, ਝੋਟਾ ਪਲਿਆ ਹੋਇਆ ਹੈ। ਕੱਲ ਰੀਚਾਰਜ ਕਰਾਇਆ ਸੀਗਾ ਜੀ, ਹਜੇ ਤੱਕ ਅਪਡੇਟ ਨਹੀਂ, ਚੱਲ ਨਹੀਂ ਰਿਹਾ ਜੀ ਨੈੱਟ, ਦੱਸ ਰਿਹਾ ਜੀ ਕਰਾ ਵੀ ਨੋਟ
ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਇਕਿਆਸੀ 948 42 ਜ਼ੀਰੋ ਗੂਗਲ ਪੇ ਤੋਂ ਕਰਿਆ ਗਾ ਜੀ ਉਹ ਤਾਂ ਕੱਲ੍ਹ ਦੇ ਬਹੁਤ ਔਖੇ ਹੋਏ ਪਏ ਸਰ ਰੀਚਾਰਜ ਉਹ ਕਰ ਤਾਂ ਦਿੱਤਾ ਜੀ ਕੱਲ੍ਹ ਹੁਣ ਪੰਡਾ ਪੈ ਗਿਆ ਮੁੜ ਕੇ ਮੈਂ ਭੇਜਿਆ ਸੀ ਤੁਹਾਨੂੰ ਉਹ ਵੀ ਉਹ ਕਰਿਆ ਹੋਇਆ ਗਾ ਪੇ ਕਰਿਆ ਹੋਇਆ ਗਾ ਤੇ ਆਪਣਾ ਧੋਦਾ ਰਾਈਟਰ ਇੱਥੇ ਵੀ ਪਾਣੀ ਪੀਣੀ ਹੌਲੀ ਕਿਤੇ ਮਾਰ ਦੂਗਾ ਕਿ ਪਿੱਛੇ ਨਹੀਂ ਮਾਰਨਾ ਹੈਗਾ ਉਹ ਦਿੱਕ ਤੇ ਵੱਜ ਜੂਗਾ ਓਕੇ ਹੈ ਨਾਟਕ ਸੁਣਿਆ ਸੱਚ ਹਾਂ ਨਾਟਕ ਸਾ ਲੈ ਇਹਦੇ ਨਾਟਕ ਸਾ ਕੇ ਘਰੇ ਲੈ ਜਾ ਇਹਨੂੰ ਜਾ ਕੇ ਰੋਟੀ ਖਾ ਲਾ ਚਾਚਾ ਮੈਂ ਵੀ ਆਉਂਦਾ ਬਸ ਰਾਈਟਰ ਤੋਂ ਆ ਕੇ ਅਤੇ ਲਵੀ ਵੀ ਆਉਂਦਾ ਫਿਰ ਦੇਖਦੇ ਹਾਂ ਕਿ ਇਹਦਾ ਕੀ ਪ੍ਰੋਗਰਾਮ ਆ ਫਿਲਹਾਲ ਤਾਂ ਮੇਰਾ ਪ੍ਰੋਗਰਾਮ ਆ ਜੀ ਇਹਦੀ ਪੇਟੀ ਬਣਨੀ ਦੇ ਦਈਏ ਅਤੇ ਇਹਦਾ ਆਪਾਂ ਬਾਕੀ ਦਾ ਕੰਮ ਸ਼ੁਰੂ ਕਰ ਦਈਏ ਮੈਂ ਘਰ ਆ ਗਿਆ ਅਤੇ ਲਵੀ ਵੀ ਆਉਂਦਾ ਟਰੈਕਟਰ ਲੈ ਕੇ ਆ ਦੇ ਆਉਂਦਾ ਬ੍ਰੇਕ ਨਹੀਂ ਲੱਗਦੇ ਵੀਰੇ ਇਹਦੇ ਲੈ ਅੰਦਰ ਲਾ ਦਈਏ ਮੈਂ ਤੇ ਲਵੀ ਹੁਣੀ ਅੱਜ ਅਸੀਂ ਲੁਧਿਆਣੇ ਆਏ ਆਗੇ ਬੌਣੀ ਗੇੜੇ ਛੇੜੇ ਸਵਾਲ ਲੈਂਦੇ ਸੀਗੇ ਤੁਸੀਂ ਕਹਿੰਦੇ ਵੀ ਲਵੀ ਨੂੰ ਬੁਲਾਉਣ ਚ ਨਹੀਂ ਲੈ ਕੇ ਆਉਂਦਾ ਲੈ ਆਹ ਬੈਠਾ ਲਵੀ ਆਪਣੇ ਕੋਲੇ ਆ ਗਿਆ ਪਹਿਲਾਂ ਇਹ ਦਿੱਲੀ ਸੀਗਾ ਦਿੱਲੀ ਚਲਾ ਗਿਆ ਸਾਨੂੰ ਛੱਡ ਗਿਆ ਸੀਗਾ ਹੁਣ ਮੁੜਿਆ ਆ ਹੁਣ ਤੁਹਾਨੂੰ ਹਰੇਕ ਵਲੌਗ ਚ ਦੇਖਣ ਨੂੰ ਮਿਲਿਆ ਕਰੂਗਾ ਤੇ ਹੁਣ ਇੱਥੇ ਆ ਲਵੀ ਸਿਆ ਰੋਜ਼ ਮਿਲ ਕੇ ਜਾਇਆ ਕਰੋ ਮੈਨੂੰ ਹਾਜ਼ਰੀ ਲਵਾ ਕੇ ਜਾਇਆ ਕਰੋ ਵਲੌਗ ਚ ਓਕੇ ਡਨ ਲਵੀ ਦੀ ਇੰਸਟਾਗ੍ਰਾਮ ਆਈਡੀ ਮੈਂ ਤੁਹਾਨੂੰ ਉੱਥੇ ਦੇ ਦੂੰਗਾ ਡਿਸਕ੍ਰਿਪਸ਼ਨ ਚ ਮੈਂ ਦੇਖਾਂ ਦਾ ਬੋਲ ਵੀ ਦਿੰਦਾ ਲਵੀ ਮਾਨ 09 ਮੈਂ ਚੈੱਕ ਵੀ ਕਰਾ ਦਿੰਦਾ ਇਹ ਪੈਣੀ ਚਾਹੀਦੀ ਹੈ ਕਲਿੱਪ ਇਹ ਮੈਂ ਕੱਢ ਦੇਣੀ ਆ ਨਾ ਨਾ ਐਡਿਟ ਤਹੀਂ ਕਰਨਾ ਪਾ ਦੇ ਦੇਖੋ ਆ ਆਈਡੀ ਫੋਲੋ ਕਰੋ ਸਾਰੇ ਜਾਣ ਦੇ ਬਾਅਦ ਬੱਟ ਇਹ ਕੱਟ ਦੇ ਯਾਰ ਐਡੀਟਰ ਕੱਟ ਦੇ ਤੇ ਬਾਕੀ ਇਹ ਦੇਖੋ ਤੁਸੀਂ ਆ ਦੇਖੋ ਸਾਡੇ ਇੱਕ ਫੋਨ ਚਾਰਜ ਲੱਗਿਆ ਹੋਇਆ ਹੈਗਾ ਇਹ ਚਾਰਜ ਲੱਗਿਆਗਾ ਇਹ ਚਾਰਜ ਲੱਗਿਆ ਹੋਇਆ ਪਰ ਉੱਪਰ ਸ਼ੋ ਨਹੀਂ ਕਰਦਾ 0% ਹੀ ਸ਼ੋ ਕਰਦਾ 0% ਹੀ ਕਰਦਾ ਸ਼ੋ ਇਹ ਬਹੁਤ ਤਕੜੀ ਚੀਜ਼ ਹੈ ਕਹਿਣਗੇ ਵੀ ਤਾਰ ਖਰਾਬ ਤੁਹਾਡੀ ਤਾਰ ਵੀ ਸਹੀ ਸਾਡੀ ਤਾਰ ਸਹੀ ਹੈ ਜਮਾ 0 ਆ 0% ਹੀ ਰਹਿੰਦਾ ਫੋਨ ਸਾਡਾ ਕੱਬੈ ਕੀ ਕਹਿ ਸਕਦੇ ਹਾਂ ਚਾਚੂ ਨਹੀਂ ਕਵਰ ਲੈਣ ਗਏ ਸੀ ਟੈਬਲੇਟ ਦਾ ਮੁੜੇ ਹੀ ਨਹੀਂ ਗਏ ਪਤਾ ਨਹੀਂ ਕਿੱਧਰ ਚਲੇ ਗਏ ਜੂਸ ਨੂਰ ਨੇ ਪੀਣਾ ਹੁਣ ਜੂਸ ਹਾਂ ਜੂਸ ਕੀ ਪੀਣਾਗਾ ਚਾਹ ਪੀਓ ਚਾਹ ਵੀ ਨਹੀਂ ਵੀਰੇ ਕੁਝ ਪ੍ਰਮੋਟ ਨਹੀਂ ਕਰਦੇ ਹਾਂਜੀ ਤੇ ਵਲੌਗ ਕਿੱਦਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸੋ ਚੈਨਲ ਕਰਦੇ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਲਾਈਕ ਮਿਲਦੇ ਆ ਕੱਲ ਨੂੰ ਬਾਏ ਬਾਏ।